ਵਧੀਆ ਵਜਾਉਂਦੇ ਆ, ਬਹੁਤ ਜ਼ਿਆਦਾ ਟੈਲੈਂਟਡ ਆ। ਬਸ ਇੱਕ ਚੀਜ਼ ਦਾ ਹਮੇਸ਼ਾ ਖਿਆਲ ਰੱਖਿਆ ਕਰੋ ਵੀ ਇਹ ਸੋਚੋ ਜ਼ਰੂਰੀ ਹਜੇ ਹੋਰ ਬਹੁਤ ਕੁਛ ਸਿੱਖਣਾ ਹੈ। ਇਹਦੇ ਵਿੱਚ ਵੀ 16 ਘਰ ਹੁੰਦੇ ਆ ਅਤੇ ਜੇ ਇਹ ਵੀ ਇਹਨਾਂ 'ਚ ਘੱਟ ਰਹਿ ਜਾਵੇ ਨਾ ਤਾਂ ਵੀ ਮਜ਼ਾ ਨਹੀਂ ਆਉਂਦਾ। ਇਹ ਵੀ ਬੜਾ ਜ਼ੋਰਦਾਰ ਸਾਜ਼ ਆ, ਇਹਨੂੰ ਟਿਊਨਿੰਗ ਘੱਟ ਕਰਨੀ ਪੈਂਦੀ ਉੱਦਾਂ, ਪਰ ਇਹ ਆ ਵੀ ਜ਼ੋਰ ਬਹੁਤ ਲੱਗਦਾ ਹੈ। ਇਹ ਵੀ ਬੜਾ ਬਾਕਮਾਲ ਸਾਜ਼ ਆ, ਇਹਦੇ ਨਾਲ ਹੀ ਗੁੱਟ ਰਹਿ ਜਾਂਦੇ ਆ ਵੇਖਣ, ਮੈਨੂੰ ਲੱਗਦਾ ਵਜਾਉਂਦਾ ਵਜਾਉਂਦਾ ਚਾਰੇ ਮਿਲ ਰਹੇ ਆ। ਜ਼ੋਰਦਾਰ ਕੰਮ ਹੈ। ਇਹ ਵੈਸੇ ਬਹੁਤ ਟੈਲੈਂਟਡ ਆ ਮੁੰਡਾ ਸਾਡੇ ਇੱਥੇ ਕਠੂਏ ਦਾ। ਬਹੁਤ ਬਹੁਤ ਮਿਹਰਬਾਨੀ ਸਾਰੇ ਗਰੁੱਪ ਦਾ, ਬਹੁਤ ਬਹੁਤ ਸ਼ੁਕਰੀਆ ਸਾਡੇ ਤੋਂ ਪਹਿਲਾਂ ਵੀ ਬਹੁਤ। ਤੁਹਾਡੇ ਨਾਲ ਪੱਕਾ ਪ੍ਰੋਮਿਸ ਆ, ਅੱਗੇ ਤੋਂ ਕਦੀ ਬਗੈਰ ਗਰੁੱਪ ਤੋਂ ਵੀ ਇੱਧਰ ਪ੍ਰੋਗਰਾਮ ਹੈ ਤਾਂ ਮੈਂ ਕਰਨਾ ਵਾਹ। ਗਗਨ ਨੂੰ ਤਾਂ ਪ੍ਰੋਗਰਾਮਾਂ ਦੀ ਟੈਨਸ਼ਨ ਨਹੀਂ ਹੈ, ਤਾਂ ਸਾਡੇ ਨਾਲ ਪਿਆਰ ਨਾਲ ਹੀ ਜਾਂਦਾ, ਸਾਡਾ ਭਰਾ ਹੈ ਨਾਲ। ਪਰ ਜੇ ਗਰੁੱਪ ਤੋਂ ਬਗੈਰ ਪ੍ਰੋਗਰਾਮ ਕਰਨਾ ਪੈਣਾ ਇੱਧਰ ਤਾਂ ਪੱਕੀ ਗੱਲ ਹੈ, ਤੈਨੂੰ ਫੋਨ ਕਰ ਦਿੰਦਾ ਸਾਰਿਆਂ ਨੂੰ ਲੈਣਾ। ਬਹੁਤ ਅੱਛਾ ਵਜਾਉਂਦੇ ਤੁਸੀਂ ਭੱਲੇ ਇੱਕ ਨਾ। ਵੈਸੇ ਵੀ ਗੱਲ ਪੱਕੀ ਆ, ਮੈਂ ਕਦੀ ਜ਼ਿੰਦਗੀ 'ਚ ਗਰੁੱਪ ਤੋਂ ਬਗੈਰ ਨਹੀਂ ਪ੍ਰੋਗਰਾਮ, ਪੱਕੀ ਗੱਲ ਆ। ਜੋ ਮਰਜ਼ੀ ਕੋਈ ਕਹਿ ਦੇਵੇ ਜੀ ਤੁਸੀਂ ਐਂਟਰੀ ਲਾ ਦਿਓ, ਤੁਸੀਂ ਇੰਨੇ ਪੈਸੇ ਲੈ ਲਓ, ਤੁਸੀਂ ਉਹ ਕਰੋ, ਨਹੀਂ ਗਰੁੱਪ ਤੋਂ ਬਗੈਰ ਨਹੀਂ ਕਦੀ ਵੀ ਜਾਣਾ। ਪਰ ਤੁਹਾਡੇ ਵਿੱਚ ਮੈਨੂੰ ਮੇਰੇ ਛੋਟੇ ਭਰਾਵਾਂ ਵਾਲੀ ਫੀਲਿੰਗ ਆਉਂਦੀ ਆ, ਤੁਸੀਂ ਚੰਗੇ ਆ, ਵਧੀਆ ਵਜਾਉਂਦੇ ਆ, ਨਾਲ ਆਗਿਆਕਾਰੀ ਆ। ਤੇਰੇ ਆ ਤੇਰੇ